ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਲੇਕਿਨ ਸ਼ੌਂਕ ਵੀ ਕਿਸੇ ਕਿਸੇ ਕੋਲੋਂ ਹੀ ਪੁੱਗਦਾ। ਤੇ ਵੇਸਟ 100% ਵੇਸਟ ਤੇ ਸਾਡਾ ਕੰਮ ਹੈ, ਵੇਸਟੇਜ ਤੇ ਤਿਆਰ ਕੀਤਾ ਗਿਆ। ਬਹੁਤ ਵੱਡੇ ਲੈਵਲ ਤੇ ਅਸੀਂ ਐਗਜੀਬਿਸ਼ਨ ਲਾਈ ਜੀ ਅਸੀਂ ਬਾਲ ਭਵਨ 'ਚ 1998 'ਚ, ਅਤੇ ਉੱਥੇ ਗੌਰਮੈਂਟ ਆਈ ਸੀਗੀ, UT ਚੰਡੀਗੜ੍ਹ ਆਏ, ਹੈਡਮਨ ਆਏ, ਉਹਨਾਂ ਦੇ ਅਫਸਰਾਂ ਨੇ ਕਿਹਾ ਵੀ ਇਹ ਤਾਂ ਚੀਜ਼ ਬਹੁਤ ਵਧੀਆ। ਫਿਰ ਮੈਨੂੰ ਚੰਡੀਗੜ੍ਹ ਗੌਰਮੈਂਟ ਨੇ ਪੂਰੀ ਸਪੋਰਟ ਕਰੀ ਸੀ, ਤਾਂ ਤਾਰਾਂ ਲਗਾ ਕੇ ਦਿੱਤੀਆਂ, ਜਗ੍ਹਾ ਦੇਈ ਵੀ ਤੁਸੀਂ ਇਹਨੂੰ ਟੂਰਿਸਟ ਪਲੇਸ ਬਣਾਓ ਜੀ। ਲੋਕ ਬਸ ਦੇਖਣ ਜੀ, ਅਸੀਂ ਕਹਿੰਦੇ ਹਾਂ ਕਿ ਇਨਵਾਇਰਮੈਂਟ ਨੂੰ ਕਿੱਦਾਂ ਬਚਾਇਆ ਜਾ ਸਕਦਾ, 100% ਵੇਸਟ 'ਤੇ ਕਿੱਦਾਂ ਆਰਟ ਬਣਾ ਸਕਦੇ ਹੋ, ਉਹ ਅਸੀਂ ਸਿਖਾਉਂਦੇ ਹਾਂ ਜੀ ਕਲਾ। ਵਿਜੀਬਲ ਜੀ, ਮਾਈਂਡ 'ਚ ਆਈਡੀਆ ਕਿਸ ਤਰ੍ਹਾਂ ਆਇਆ ਵੀ ਆਪਾਂ ਇਹਨਾਂ ਕਲਾ ਕਿਰਤੀਆਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਜੀ? ਕੁਦਰਤੀ ਹੈ, ਕੁਦਰਤੀ ਹੈ, ਇਹ ਮੇਰਾ ਬਚਪਨ ਤੋਂ ਹੀ ਹੈ, ਮੈਂ ਉਲਟੀ ਚੱਲਦਾ ਜੀ। ਤੁਹਾਨੂੰ ਪੁਰਾਣੇ ਸਮੇਂ ਦਾ ਰੇਲ ਇੰਜਨ ਵੀ ਵਿਖਾਉਣੇ ਆ ਕਿ ਪਾਣੀ ਵਾਲੀਆਂ ਟੈਂਕੀਆਂ ਨੂੰ ਕਟਿੰਗ ਕਰਕੇ ਉਹ ਸ਼ੇਪ ਦੇ ਕੇ, ਕਿਉਂਕਿ ਟੈਂਕੀਆਂ ਤਾਂ ਵੱਡੀਆਂ ਹੁੰਦੀਆਂ ਆਲਰੇਡੀ, ਲੇਕਿਨ ਇੰਜਨ ਬਾਖੂਬੀ ਆ ਕਿ ਦੇਖਣ ਨੂੰ ਐਂ ਲੱਗਦਾ ਵੀ ਇਹਨੂੰ ਜੇ ਕਹਿ ਦਈਏ ਚਾਦਰਾਂ ਦਾ ਤਿਆਰ ਕੀਤਾ ਹੋਇਆ, ਲੇਕਿਨ ਇਹ ਪਲਾਸਟਿਕ ਦੀ ਪਾਣੀ ਵਾਲੀਆਂ ਟੈਂਕੀਆਂ। ਇਹ ਬੋਰਡਰ ਜਿਹਾ ਬਣਾਤਾ, ਬੋਰਡਰ ਬਣਾਇਆ ਹੋਇਆ। ਇਹ ਕੀ ਹੁੰਦਾ ਜੀ, ਜਦੋਂ ਦੁਕਾਨਦਾਰਾਂ ਕੋਲ ਸੀਟਾਂ ਟੁੱਟਦੀਆਂ ਨਾ ਜੀ, ਜਿਹਦਾ ਤਾਂ ਉੱਪਰਲਾ ਹਿੱਸਾ ਟੁੱਟ ਗਿਆ ਸੀ, ਉਹਨੂੰ ਬੱਤਖ ਬਣਾ ਦਿੰਦੇ ਨੀਚੇ ਗਮਲਾ, ਜਿਹਦੀ ਨੀਚੋ ਟੁੱਟ ਗਈ ਜੀ, ਉਹਦਾ ਉੱਪਰ ਜਿਹੜਾ ਬਚ ਗਿਆ ਜੀ, ਅਸੀਂ ਚੈਨ ਬਣਾ ਦਿੱਤੀ। ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਲੇਕਿਨ ਸ਼ੌਂਕ ਵੀ ਕਿਸੇ ਕਿਸੇ ਕੋਲੋਂ ਹੀ ਪੁੱਗਦਾ। ਤਾਂ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਦੇ ਕਲਾ ਸਾਗਰ ਕੇਂਦਰ ਦੀਆਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ। ਮੇਰੇ ਪਿੱਛੇ ਕੈਮਰਾ ਪਰਸਨ ਨੂੰ ਕਹੂੰਗਾ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰੇ, ਕਿ ਆਹ ਇੱਕ ਜੇ ਕਹਿ ਦਈਏ ਤਾਂ ਤਸਵੀਰਾਂ ਬਾਖੂਬੀ ਨੇ, ਬਹੁਤ ਹੀ ਅਦਭੁਤ ਤਸਵੀਰਾਂ ਨੇ। ਵੱਖ ਵੱਖ ਤਰ੍ਹਾਂ ਦੇ ਜੇ ਕਹਿ ਦਈਏ ਕੰਪਾਊਂਡ ਹੋਵੇ, ਜਾਂ ਫਿਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਟੈਂਕੀਆਂ ਦੇ ਢੱਕਣ, ਉੱਪਰਲੀ ਛੱਤ ਕੱਟ ਕੇ ਇੱਕ ਇਸ ਚੀਜ਼ ਨੂੰ ਵੱਖਰਾ ਹੀ ਡਿਜ਼ਾਈਨ ਤਿਆਰ ਕੀਤਾ ਗਿਆ ਕਿ ਚੰਡੀਗੜ੍ਹ ਦੇ ਵਿੱਚ ਇੱਕ ਮਟਕਾ ਚੌਂਗਾ, ਉਸ ਜਗ੍ਹਾ ਦਾ ਇਹ ਸੀਨ ਤਿਆਰ ਕੀਤਾ ਗਿਆ। ਅਤੇ ਜਿਸ ਨੂੰ ਤਿਆਰ ਕੀਤਾ ਸ਼੍ਰੀ ਵਿਜੇਪਾਲ ਗੋਇਲ ਜੀ, ਉਹ ਸਾਡੇ ਨਾਲ ਨੇ, ਉਹਨਾਂ ਤੋਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਮਾਈਂਡ ਦੇ ਵਿੱਚ ਆਇਆ ਅਤੇ ਕਦੋਂ ਤੋਂ ਇਸ ਕਲਾਕ੍ਰਿਤੀ ਦੇ ਕੇਂਦਰ ਦੇ ਨਾਲ ਜੁੜੇ ਹੋਏ ਨੇ। ਵਿਜੇਪਾਲ ਜੀ, ਲਿਵਿੰਗ ਇੰਡੀਆ 'ਤੇ, ਸਤਿ ਸ਼੍ਰੀ ਅਕਾਲ, ਲਿਵਿੰਗ ਇੰਡੀਆ 'ਤੇ ਸਵਾਗਤ ਹੈ। ਵਿਜੇਪਾਲ ਜੀ, ਕਦੋਂ ਤੋਂ ਮਾਈਂਡ 'ਚ ਇਹ ਗੱਲ ਆਈ ਕਿ ਆਪਾਂ ਇਸ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਤਿਆਰ ਕੀਤੀਆਂ ਜਾਣ? ਜਿਸ ਤਰ੍ਹਾਂ ਕਿ ਬਾਖੂਬੀ ਆ, ਤੁਸੀਂ ਬਹੁਤ ਸੋਹਣੀਆਂ ਚੀਜ਼ਾਂ ਤਿਆਰ ਕੀਤੀਆਂ ਹੋਈਆਂ, ਚਾਹੇ ਕਹਿ ਦਈਏ ਬੁੱਤ ਤਿਆਰ ਕੀਤੇ ਹੋਏ ਨੇ, ਜੋ ਦੇਗੀ ਦੀਆਂ ਪੈਪਾਂ ਜਾਂ ਸੀਮੈਂਟਡ ਪੈਪਾਂ ਆਉਂਦੀਆਂ ਸੀ, ਬਹੁਤ ਹੀ ਸੋਹਣੇ ਤਰੀਕੇ ਨਾਲ। ਮੈਂ ਇੱਕ ਵਾਰੀ ਕਿ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਿਓ ਤੁਸੀਂ, ਕਿ ਸਾਹਮਣੇ ਜੋ ਬੁੱਤ ਬਣੇ ਹੋਏ ਨੇ ਤਾਂ ਬਾਖੂਬੀ ਤਿਆਰ ਕੀਤੇ ਹੋਏ ਨੇ। ਅਕਸਰ ਇਹਨਾਂ ਚੀਜ਼ਾਂ ਨੂੰ ਵੀ ਤਿਆਰ ਕਰਨ 'ਤੇ ਸਮਾਂ ਲੱਗਦਾ। ਵਿਜੇਪਾਲ ਜੀ, ਤੁਹਾਡੇ ਤੋਂ ਸ਼ੁਰੂ ਕਰਦੇ ਹਾਂ ਵੀ ਕਦੋਂ ਸ਼ੁਰੂਆਤ ਹੋਈ ਹੈ ਇਸ ਚੀਜ਼ ਦੀ? ਇਹ ਸਾਡੀ ਸ਼ੁਰੂਆਤ ਤਾਂ ਜੀ 1994-95 ਤੋਂ ਸ਼ੁਰੂ ਹੋਈ ਹੈ ਜੀ, ਹੋਈ ਤਾਂ ਘਰੋਂ ਹੀ ਹੈ ਜੀ। ਬਿਲਕੁਲ, ਹਾਂਜੀ, ਘਰੋਂ ਹੋਈ ਹੈ। ਅਤੇ ਅਸੀਂ ਛੋਟੇ ਲੈਵਲ 'ਤੇ ਕੀਤੇ ਸੀ ਜੀ ਪਹਿਲਾਂ, ਬਿਲਕੁਲ ਛੋਟੇ ਲੈਵਲ 'ਤੇ।
ਅਤੇ ਬਸ ਫਿਰ ਮੀਡੀਆ ਚ ਆਉਂਦੀ ਰਹੀ ਜੀ ਸਾਡੀ ਆਰਟ ਦੀ, ਅਤੇ ਫਿਰ ਐਡਮਨ ਨੇ ਵੀ ਸਾਨੂੰ ਸਪੋਰਟ ਪੂਰੀ ਕਰੀ ਸੀ ਕਿ ਇਹਨੂੰ ਟੂਰਿਸਟ ਪਲੇਸ ਬਣਾਇਆ ਜਾਏ। ਟੂਰਿਸਟ ਪਲੇਸ, ਹਾਂਜੀ, ਅਤੇ ਵੇਸਟ 100% ਵੇਸਟ 'ਤੇ ਸਾਡਾ ਕੰਮ ਹੈ ਜੀ, ਵੇਸਟੇਜ 'ਤੇ ਤਿਆਰ ਕੀਤਾ ਗਿਆ। ਕੰਬੋਰ ਤੋਂ ਦੇਖ ਰਹੇ ਹਾਂ ਕਿ ਤੁਸੀਂ ਜਿਸ ਤਰ੍ਹਾਂ ਕਿ ਕਹਿ ਦਈਏ ਇੱਕ ਇੱਧਰੋਂ ਸਾਥੀ ਨੂੰ ਕਹੂੰਗਾ ਦਿਖਾਉਣ ਦੀ ਕੋਸ਼ਿਸ਼ ਕਰੇ ਵੀ ਕੰਬੋਰ ਦੀਆਂ ਸੀਟਾਂ ਨੂੰ ਕਟਿੰਗ ਕਰਕੇ ਹੋਏ ਜਿਹੜਾ ਇਹਨਾਂ ਦੇ ਵਿੱਚ ਬੇਸ਼ੱਕ ਪੌਦੇ ਲਗਾਏ ਗਏ ਆ। ਹਾਂਜੀ, ਇਹ ਸਾਡੀ ਜਿਹੜੀ ਚਾਈਨਾ ਵੇਲ ਕਹਿੰਦੇ ਜਿਹਨੂੰ, ਚਾਈਨਾ ਵੇਲ, ਹਾਂਜੀ, ਸੈਰਾਮਿਕ ਮਿੱਟੀ ਨਾਲ ਬਣੀ ਹੁੰਦੀ ਹੈ, ਇਹ ਗਲਦੀ ਨਹੀਂ ਹੈ ਜੀ, ਜਿੱਥੇ ਵੀ ਗੇਰ ਦਿਓ ਇਨਵਾਇਰਮੈਂਟ ਨੂੰ ਖਰਾਬ ਕਰਦੀ ਹੈ ਜੀ, ਧਰਤੀ ਨੂੰ ਖਰਾਬ ਕਰਦੀ ਹੈ। ਅਤੇ ਅਸੀਂ ਇਹਨੂੰ ਐਜ ਏ ਟੀ ਜਿੱਦਾਂ ਇਹ ਯੂਜ਼ ਨਹੀਂ ਲੈਂਦੇ, ਇਹ ਹੈਗੀਆਂ ਜੀ ਜਿਵੇਂ ਟਰਾਂਸਪੋਰਟ ਤੋਂ ਲੋਡ ਅਨਲੋਡਿੰਗ 'ਚ ਟੁੱਟ ਜਾਂਦੀਆਂ ਦੁਕਾਨਦਾਰਾਂ ਕੋਲ, ਅਸੀਂ ਉਹਨਾਂ ਨਾਲ ਕੰਟੈਕਟ ਕਰਿਆ ਹੋਇਆ ਵੀ ਤੁਸੀਂ ਇੱਧਰ ਉੱਧਰ ਨਾ ਗਿਰਿਓ ਜੀ, ਸਾਨੂੰ ਬੁਲਾਓ ਅਤੇ ਅਸੀਂ ਆ ਕੇ ਉਠਾ ਕੇ ਲੈ ਜਾਂਗੇ। ਬਿਲਕੁਲ ਬਿਲਕੁਲ, ਅਤੇ ਅਸੀਂ ਆਪਣੇ ਖਰਚੇ 'ਤੇ ਲਿਆਉਂਦੇ ਹਾਂ ਜੀ, ਇਹਦਾ ਵੈਸੇ ਮੁੱਲ ਕੋਈ ਨਹੀਂ ਹੈ, ਮੁੱਲ ਕੋਈ ਨਹੀਂ। ਤੁਸੀਂ ਵੱਖ ਵੱਖ ਚੀਜ਼ਾਂ ਤਿਆਰ ਕੀਤੀਆਂ ਹੋਈਆਂ ਕਿ ਜਿਸ ਤਰ੍ਹਾਂ ਇੱਕ ਪੁਰਾਣੇ ਸਮਿਆਂ ਦੇ ਵਿੱਚ ਟੂ ਸੀਟਡ ਜਾਂ ਸਿੰਗਲ ਸੀਟਡ ਜੇ ਕਹਿ ਦਈਏ ਤਾਂ ਫਿਲਮਾਂ 'ਚ ਵੇਖਣ ਵਾਲੇ ਇੱਕ ਹੁੰਦੇ ਸੀ ਸੀਨ ਕਿ ਜਹਾਜ਼ ਹੁੰਦੇ ਸੀ, ਉਸ ਟਾਈਪ ਤੁਸੀਂ ਤਿਆਰ ਕੀਤਾ ਹੋਇਆ ਜੇ ਕਹਿ ਦਈਏ ਤਾਂ ਆਹ ਚੀਜ਼ ਹੈ ਜੀ, ਢੱਕਣ, ਸਿਸਟਮ ਦਾ ਢੱਕਣ ਹੈ ਜੀ, ਸਿਸਟਮ ਪਾਣੀ ਵਾਲੀ ਟੈਂਕੀ ਦਾ ਢੱਕਣ ਹੈ ਜੀ, ਕਿ ਫਲਸ਼ ਦੇ ਕਰਦੇ ਆ ਤੇ ਨਾਲ ਹੀ ਇਹ ਇਹ ਪੋਡੈਸਟਲ ਹੈ ਜੀ, ਵਾਸ਼ ਬੇਸਨ ਦੇ ਨੀਚੇ ਲੱਗਦਾ ਜੀ, ਵਾਸ਼ ਬੇਸਨ ਤੇ ਤਾਂ ਜੋ ਤੁਹਾਡੇ ਉੱਪਰ ਗੰਦੇ ਪਾਣੀ ਦੇ ਛਿੱਟੇ ਵਗੈਰਾ ਨਾ ਪੈਣ, ਨੀਚੇ ਤੁਸੀਂ ਟੈਂਕੀ ਰੱਖੀ ਹੋਈ ਹੈ। ਹਾਂਜੀ ਹਾਂਜੀ, ਵਿਜੀਬਲ ਜੀ, ਮਾਈਂਡ 'ਚ ਆਈਡੀਆ ਕਿਸ ਤਰ੍ਹਾਂ ਆਇਆ ਵੀ ਆਪਾਂ ਇਹਨਾਂ ਕਲਾ ਕਿਰਤੀ ਨੂੰ ਇਸ ਤਰ੍ਹਾਂ ਤਿਆਰ ਦੀ ਜੀ? ਕੁਦਰਤੀ ਹੈ, ਕੁਦਰਤੀ ਹੈ, ਇਹ ਮੇਰਾ ਬਚਪਨ ਤੋਂ ਹੀ ਆ, ਮੈਂ ਉਲਟੀ ਚੱਲਦਾ ਜੀ। ਅੱਛਾ, ਹਾਂਜੀ, ਟੈਕਨੀਕਲ ਪੁਆਇੰਟ ਲੈ ਕੇ ਚੱਲਦਾ ਜੀ ਮੈਂ ਕਿ ਕੁਛ ਨਵਾਂ ਹੋ ਜੇ ਜੀ, ਹੁੰਦਾ ਵੀ ਹੈ। ਬਿਲਕੁਲ ਨਵਾਂ ਹੋ ਜੇ ਤਾਂ ਤਸਵੀਰਾਂ ਬਖੂਬੀ ਨੇ ਕਿ ਇਸ ਜਗ੍ਹਾ ਦੇ ਉੱਪਰ। ਜੇ ਮੈਂ ਦੂਸਰੇ ਪਾਸੇ ਗੱਲ ਕਰਾਂ ਕਿ ਕੈਮਰਾ ਪਰਸਨ ਦਿਖਾਉਣ ਦੀ ਕੋਸ਼ਿਸ਼ ਕਰੇ ਕਿ ਪੁਰਾਣੇ ਮਹਾਰਾਜਿਆਂ ਦੇ ਸਮੇਂ ਦੀਆਂ ਕਹਿ ਦਈਏ ਵੀ ਨੇ, ਉਹ ਵੀ ਤੋਹਫ਼ਾਂ ਦੇ ਰੂਪ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਤਿਆਰ ਕੀਤਾ। ਇੱਕ ਪਾਸੇ ਦੋਨੋਂ ਪਾਸੇ ਸ਼ੈਂਕ ਲੱਗੇ ਹੋਏ ਆ ਅਤੇ ਵਿੱਚ ਜਿਹੜੀ ਉਹਨਾਂ ਨੇ ਪਹਿਲਾਂ ਪੈਪ ਲਾਈ ਹੋਈ ਹੈ ਉਹਨੂੰ ਤਿਆਰ ਕਰਕੇ ਅਤੇ ਬਖੂਬੀ ਇਹ ਵਾਸ਼ ਬੇਸਨ ਦੇ ਪੋਡੈਸਟਲ ਹੈ ਜੀ। ਜੀ, ਕਈ ਤਰ੍ਹਾਂ ਦੇ ਆਉਂਦੇ ਹੈ, ਆਹ ਵਾਸ਼ ਬੇਸਨ ਹੈ, ਅਸੀਂ ਦੋ ਵਾਸ਼ ਬੇਸਨ। ਦੂਰੋਂ ਦੇਖਣ ਨੂੰ ਐਂ ਲੱਗਦਾ ਵੀ ਵਾਕਈ ਕੋਈ ਚੀਜ਼ ਤਿਆਰ ਕੀਤੀ ਗਈ ਹੈ, ਤੋਪਨੁਮਾ ਚੀਜ਼ ਕਹਿ ਸਕਦੇ ਆਪਾਂ ਇਹਨਾਂ ਨੂੰ ਤਿਆਰ ਕੀਤੀ ਹੋਈ ਹੈ ਕਿ ਲੋਕਾਂ ਦੀ ਵੀ ਖਿੱਚ ਦਾ ਕੇਂਦਰ ਬਣਦੇ ਆ। ਅਤੇ ਨਾਲ ਜਿਹੜੇ ਇਹਨਾਂ ਦੀ ਜਿਹੜੀ ਤੁਸੀਂ ਕਟਿੰਗ ਆ, ਜਿਸ ਤਰ੍ਹਾਂ ਸਾਹਮਣੇ ਬਹੁਤ ਸੋਹਣੀ ਜੇ ਕਹਿ ਦਈਏ ਤਾਂ ਛੋਟੀ ਜਿਹੀ ਕੰਧ ਤਿਆਰ ਕੀਤੀ ਗਈ ਹੈ ਇਹਨਾਂ ਦੇ, ਇਹ ਇਹ ਬੋਰਡਰ ਜਿਹਾ ਬਣਾਤਾ ਜੀ, ਬੋਰਡਰ ਬਣਾਇਆ ਹੋਇਆ। ਇਹ ਕੀ ਹੁੰਦਾ ਜੀ, ਜਦੋਂ ਦੁਕਾਨਦਾਰਾਂ ਕੋਲ ਸੀਟਾਂ ਟੁੱਟਦੀਆਂ ਨਾ ਜੀ, ਜੀ ਜਿਹਦਾ ਤਾਂ ਉੱਪਰਲਾ ਹਿੱਸਾ ਟੁੱਟ ਗਿਆ ਸੀ ਉਹਨੂੰ ਬੱਤਕ ਬਣਾ ਦਿੰਦੇ ਨੀਚੇ ਗਮਲਾ, ਜਿਹਦੀ ਨੀਚੋਂ ਟੁੱਟ ਗਈ ਜੀ ਉਹਦਾ ਉੱਪਰ ਜਿਹੜਾ ਬਚ ਗਿਆ ਜੀ, ਅਸੀਂ ਚੈਨ ਬਣਾਤੀ, ਚੈਨ ਬਣਾਤੀ ਕਿ ਬੋਰਡਰ ਉਹ ਵੀ ਯੂਜ਼ 'ਚ ਆਵੇ, ਕੰਮ ਆਵੇ ਕਿਸੇ ਹੋਰ। ਇਹ ਤਾਂ ਹੁਣ ਹਜੇ ਮੇਰੇ ਸਫਾਈ ਨਹੀਂ ਹੈ ਜੀ, ਇਹ ਤਾਂ ਬਹੁਤ ਚਮਕਦੀਆਂ ਚੀਜ਼ਾਂ ਜੀ, ਬਹੁਤ ਚਮਕਦੀਆਂ ਚੀਜ਼ਾਂ। ਅਤੇ ਲੋਕਾਂ ਦੇ ਖਿੱਚ ਦਾ ਵੀ ਕੇਂਦਰ ਬਣਿਆ ਹੋਇਆ ਕਿ ਵਾਸ਼ ਬੇਸਨ ਤੋਂ ਇੱਕ ਬੁੱਤ ਬਣਾਏ ਹੋਏ ਨੇ, ਤਾਂ ਦੇਖ ਸਕਦੇ ਹੋ ਬਖੂਬੀ ਆ ਕਿ ਕਲਰ ਇਹਨਾਂ ਦੇ ਤਾਂ ਆਲਰੇਡੀ ਹੁੰਦੇ ਹੀ ਆ। ਹਾਂਜੀ ਹਾਂਜੀ ਹਾਂਜੀ, ਅਤੇ ਹਲਕੇ ਫੁਲਕੇ ਕਲਰ ਤੁਹਾਡੇ ਵੱਲੋਂ ਕੀਤੇ? ਨਹੀਂ, ਅਸੀਂ ਕੁਛ ਨਹੀਂ ਕੀਤਾ ਜੀ। ਆਹ ਕੀ ਚੀਜ਼ ਹੈ ਜੀ ਇਹਦੇ ਉੱਪਰ ਜਿਹੜਾ, ਇਹ ਜਿਹੜੀ ਕਿਸ ਚੀਜ਼ ਦੀ ਤਿਆਰ? ਇਹ ਬੋਲ ਕਹਿੰਦੇ ਆ ਜਿਹਨੂੰ, ਪਾਣੀ ਨੂੰ ਰੋਕਣ ਵਾਸਤੇ ਜਿਹੜੇ ਅੰਡਰਗਰਾਊਂਡ ਟੈਂਕ ਹੈ ਉਹਨਾਂ 'ਚ ਲੱਗਦੀ ਹੈ। ਓਕੇ, ਹਾਂਜੀ, ਪਾਣੀ ਨੂੰ ਰੋਕਣ ਵਾਸਤੇ ਉਹ। ਪਰ ਇੱਕ ਅੱਜ ਜੇ ਕਹਿ ਦਈਏ ਤਾਂ ਇੱਕ ਇਨਸਾਨ ਦੀ ਸ਼ਕਲ ਦਾ ਉੱਤੇ ਦਿੱਤੇ ਹੋਇਆ ਵੀ। ਹਾਂਜੀ, ਇਹ ਵਾਸ਼ ਬੇਸਨ ਹੈ ਜੀ, ਵਾਸ਼ ਪ੍ਰੋਡਕਟਲ ਹੈ ਨੀਚੇ। ਬਾਖੂਬੀ ਆ ਕਿ ਚੀਜ਼ਾਂ ਉਸ ਤਰੀ ਨਾਲ ਤਿਆਰ ਕੀਤੀਆਂ, ਲੇਕਿਨ ਪੁਰਾਣੇ ਸਮਿਆਂ ਦਾ ਇੱਕ ਖੂਹ ਵੀ ਤੁਸੀਂ ਤਿਆਰ ਕੀਤਾ ਹੋਇਆ। ਇਹ ਵਰਕਿੰਗ 'ਚ ਹੈ ਜੀ ਖੂਹ, ਅੱਜ ਕੱਲ੍ਹ ਅਸੀਂ ਉਰੇ ਪਾਣੀ ਪੂਣੀ ਦੀ ਸਮੱਸਿਆ ਜੀ, ਇਸ ਕਰਕੇ ਇੱਦਾਂ ਹੀ ਹੈ। ਵਰਕਿੰਗ ਦੇ ਵਿੱਚ ਖੂਹ ਹੈ, ਮਟਕਾ ਚੌਂਕ ਵੀ ਇਹ ਵੀ ਜੀ,
ਜੀ ਪਾਣੀ ਦੀ ਘਾਟ ਹੈ ਜੀ, ਉਰੇ ਪਾਣੀ ਨਾ ਆਉਣ ਕਰਕੇ ਬੰਦ ਪਏ ਆ। ਪਾਣੀ ਨਾ ਬੰਦ ਪਿਆ ਕਣੀ, ਚਲੋ ਤਾਂ ਸਾਰੇ ਪਾਸੇ ਆ ਕਹਿੰਦੇ ਕੁਦਰਤੀ ਸੋਮਾ ਘਟਦਾ ਜਾ ਰਿਹਾ, ਲੇਕਿਨ ਤੁਸੀਂ ਪੁਰਾਤਨ ਚੀਜ਼ ਨੂੰ ਵੀ ਜ਼ਿੰਦਾ ਰੱਖਿਆ ਕਿ ਪਾਣੀ ਦੀ ਟੈਂਕੀ ਇਹ ਦੇਖ ਰਿਹਾ ਪਲਾਸਟਿਕ ਦੀ ਹੈ, ਤੇ ਪਲਾਸਟਿਕ ਦੀ ਟੈਂਕੀ ਨੂੰ ਉਸ ਹਿਸਾਬ ਨਾਲ ਕਟਿੰਗ ਕਰਕੇ ਤੇ ਖੂਹ ਤਿਆਰ ਕਰ ਦਿੱਤਾ, ਤੇ ਦੂਸਰੇ ਪਾਸੇ ਵੀ ਤਸਵੀਰਾਂ ਬਖੂਬ ਹੈ ਕਿ ਜਿਹੜੇ ਕੰਬੋਡ ਤਿਆਰ ਕੀਤੇ ਹੋਏ ਆ ਜੋ ਤੁਸੀਂ ਦੇਖ ਸਕਦੇ ਹੋ, ਬਿਲਕੁਲ ਬਹੁਤ ਸੋਹਣੀਆਂ ਚੀਜ਼ਾਂ ਬਣਾਈਆਂ ਹੋਈਆਂ। ਤੇ ਦੂਸਰੇ ਪਾਸੇ ਪਾਣੀ ਵਾਲੀਆਂ ਟੈਂਕੀਆਂ ਉਹਨਾਂ ਨੂੰ ਵੀ ਇੱਕ ਦੀਵਾਰ ਦਾ ਰੂਪ ਦਿੱਤਾ ਗਿਆ, ਤਾਂ ਬਾਖੂਬੀ ਹੈ ਕਿ ਬਹੁਤ ਸੋਹਣੀਆਂ ਚੀਜ਼ਾਂ ਲੰਮੇ ਸਮੇਂ ਤੋਂ ਹੀ ਕਰਦੇ ਆ ਰਹੇ ਹੋ। ਹਾਂਜੀ, ਮੈਂ ਸ਼ੁਰੂਆਤ ਕਦੋਂ ਹੋਈ ਹੈ? ਮੈਂ 1995 ਤੋਂ ਕਰ ਰਿਹਾ ਜੀ। ਇਸ 1995 ਤੋਂ 1995 ਤੋਂ ਲੱਗਾ ਜੀ। ਪਹਿਲਾਂ ਸਰਕਾਰੀ ਜੋਬ ਜਾਂ ਕੋਈ ਪ੍ਰਾਈਵੇਟ? ਨਹੀਂ, ਮੇਰਾ ਕੰਮ ਸਾਰਾ ਪ੍ਰਾਈਵੇਟ ਜੀ। ਪ੍ਰਾਈਵੇਟ ਕੰਮ? ਹਾਂਜੀ ਹਾਂਜੀ। ਕਿਸ ਚੀਜ਼ ਦਾ ਕੰਮ ਸੀ? ਮੇਰਾ ਇਹ ਸੀਗਾ ਸੈਂਟਰੀ ਕੰਟਰੈਕਟਰ ਸੀਗਾ ਜੀ। ਸੈਂਟਰੀ ਕੰਟਰੈਕਟਰਸ ਕੰਮ ਸੀਗਾ ਵੀ ਘਰਾਂ ਦੇ ਵਿੱਚ ਜਾਂ ਬਿਲਡਿੰਗਾਂ ਦੇ ਵਿੱਚ ਜੋ ਪਾਈਪਸ ਆ ਜਾਂ ਉਹਨਾਂ ਦੇ ਵਿੱਚ ਕੋਈ ਨੁਕਸ ਨਾ ਹੋਵੇ, ਜਾਂ ਫਿਰ ਜੋ ਲੋਕ ਨੇ ਜੋ ਬਿਲਡਿੰਗਸ ਦੇ ਵਿੱਚ ਫਲੈਟਸ ਯੂਜ਼ ਕਰਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ, ਉਸ ਤਰ੍ਹਾਂ ਦਾ ਇਹਨਾਂ ਦਾ ਕੰਮ ਸੀ ਕਿ ਉਹਨਾਂ ਦੇ ਫਿਟਿੰਗ ਕਿਸ ਤਰ੍ਹਾਂ ਹੋਵੇ। ਅਤੇ ਆਹ ਕਿਸ ਚੀਜ਼ ਦਾ ਡਿਜ਼ਾਈਨ ਤਿਆਰ ਕੀਤਾ ਗਿਆ ਜੀ? ਜਿਹੜਾ ਇਹਨਾਂ ਨੂੰ ਕਹਿੰਦੇ ਜੀ ਵਾਲ ਹੈਂਗਿੰਗ ਸੀਟ। ਇਹ ਵਾਲ ਹੈਂਗਿੰਗ ਸੀਟ ਹੈ ਜੀ, ਇਹ ਕੰਪਨੀ ਆਪਣੇ ਹਿਸਾਬ ਨਾਲ ਬਣਾਉਂਦੀ ਹੈ ਜੀ। ਅਸੀਂ ਇਹਦੇ 'ਚ ਕੁਛ ਨਹੀਂ ਕੀਤਾ ਜੀ। ਪਰ ਤੁਸੀਂ ਇਹਦਾ ਕੀ ਡਿਜ਼ਾਈਨ? ਅਸੀਂ ਆਹ ਦੇਖੋ ਜੀ, ਅਸੀਂ ਦੋ ਅੱਖਾਂ ਬਣਾ ਦਿੰਦੇ ਹਾਂ ਉਹਦੇ। ਅੱਛਾ, ਹੁਣ ਤੁਸੀਂ ਦੱਸੋਗੇ ਕੀ ਹੈ ਜੀ? ਬਿਲਕੁਲ, ਹਾਂਜੀ, ਇੱਕ ਸ਼ੇਪ ਤਾਂ ਹਾਥੀ ਦੀ, ਹਾਥੀ ਦੀ ਆ ਗਈ ਸਾਹਮਣੇ ਆ ਗਈ, ਦੋਨੋਂ ਸਾਈਡ ਕਹਿ ਦਈਏ ਜੀ, ਇਹਦੇ ਉੱਪਰ ਅੱਖਾਂ ਲੱਗ ਜਾਣ, ਥੋੜ੍ਹਾ ਜਿਹਾ ਸੁੰਡ ਦਾ ਡਿਜ਼ਾਈਨ ਤਿਆਰ ਹੋ ਜੇ, ਤਾਂ ਹਾਥੀ ਦਾ ਕਹਿ ਦਈਏ ਸੇਮ ਚੀਜ਼, ਹਾਥੀ ਦੀ ਸੁੰਡ ਤਿਆਰ ਹੋ ਗਈ। ਹਾਂਜੀ ਹਾਂਜੀ, ਇਹ ਵਾਲ ਹੈਂਗਿੰਗ ਸੀਟ ਹੈ ਜੀ। ਸੀਟਸ ਨੂੰ ਵੀ ਉਸ ਤਰ੍ਹਾਂ ਵਰਤੋਂ ਵਿੱਚ ਲੈ ਕੇ ਵੀ ਵੇਸਟੇਜ ਨਾ ਕਰਕੇ, ਅਸੀਂ ਉਰੇ ਵੀ ਹਾਥੀ ਬਣਾਏ ਹੋਏ ਆ ਜੀ, ਇਹ ਹੁਣ ਚੱਕੇ ਹੋਏ ਸੀਗੇ ਜੀ, ਆਹ ਉਰੇ ਵੀ ਹਾਥੀ ਤਿਆਰ ਕੀਤੇ ਹੋਏ। ਉਹ ਐਕਚੁਅਲੀ ਕੀ ਹੈ, ਇਕੱਲਾ ਹੋਣ ਕਰਕੇ ਵੀ ਬੜੀ ਪ੍ਰੋਬਲਮ ਆਏ ਜੀ। ਬਿਲਕੁਲ ਬਿਲਕੁਲ, ਆਹ ਦੂਸਰੇ ਪਾਸੇ ਰੇਲ ਦਾ ਇੰਜਨ ਆ, ਜੋ ਪੁਰਾਣੇ ਸਮਿਆਂ ਦੇ ਵਿੱਚ ਕੋਲੇ ਵਾਲਾ ਇੰਜਨ ਹੁੰਦਾ ਸੀ, ਤਾਂ ਕੋਲੇ ਵਾਲੇ ਇੰਜਨ ਵੀ ਬਹੁਤ ਸਮੇਂ ਪਹਿਲਾਂ ਚੱਲਦੇ ਸੀ, ਤਾਂ ਬਾਖੂਬੀ ਆ ਕਿ ਤਸਵੀਰਾਂ ਬਹੁਤ ਸੋਹਣੀਆਂ, ਲੇਕਿਨ ਇਹਨਾਂ ਦੀ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵਿਜੇਪਾਲ ਜੀ ਦੁਆਰਾ ਤਿਆਰ ਕੀਤੀਆਂ ਹੋਈਆਂ ਨੇ। ਇੱਕ ਬੁੱਤ ਨੁਮਾ ਤਿਆਰ ਕੀਤਾ ਗਿਆ, ਵੀ ਇਨਸਾਨ ਨਹੀਂ ਬੁੱਤ ਆ, ਅਤੇ ਉਸਨੂੰ ਤੁਸੀਂ ਤਿਆਰ ਕੀਤਾ ਹੋਇਆ। ਬਾਖੂਬੀ ਆ, ਚੀਜ਼ਾਂ ਬਹੁਤ ਸੋਹਣੀਆਂ, ਪਰ ਕਹਿੰਦੇ ਵੀ ਕਲਾ ਵੀ ਰੱਬ ਉਸ ਇਨਸਾਨ ਨੂੰ ਦਿੰਦਾ ਜਿਸ ਜੋ ਇਸਦਾ ਮੁੱਲ ਪਾਉਂਦਾ। ਅਤੇ ਅੱਜ ਤੁਹਾਡੇ ਸਾਹਮਣੇ ਉਹ ਚੀਜ਼ਾਂ ਕਿਸ ਤਰ੍ਹਾਂ ਇਹਨਾਂ ਨੇ ਆਪਦੀ ਮਿਹਨਤ ਨਾਲ ਇਹ ਚੀਜ਼ਾਂ ਤਿਆਰ ਕੀਤੀਆਂ ਹੋਈਆਂ, ਅਤੇ ਤੁਹਾਨੂੰ ਪੁਰਾਣੇ ਸਮੇਂ ਦਾ ਰੇਲ ਇੰਜਨ ਵੀ ਵਿਖਾਉਣੇ ਆ ਕਿ ਪਾਣੀ ਵਾਲੀਆਂ ਟੈਂਕੀਆਂ ਨੂੰ ਕਟਿੰਗ ਕਰਕੇ ਉਸ ਸ਼ੇਪ ਦੇ ਕੇ, ਕਿਉਂਕਿ ਟੈਂਕੀਆਂ ਤਾਂ ਵੱਡੀਆਂ ਹੁੰਦੀਆਂ ਆਲਰੇਡੀ, ਲੇਕਿਨ ਇੰਜਨ ਬਾਖੂਬੀ ਆ ਕਿ ਦੇਖਣ ਨੂੰ ਐਂ ਲੱਗਦਾ ਵੀ ਇਹਨੂੰ ਜੇ ਕਹਿ ਦਈਏ ਚਾਦਰਾਂ ਦਾ ਤਿਆਰ ਕੀਤਾ ਹੋਇਆ, ਲੇਕਿਨ ਇਹ ਪਲਾਸਟਿਕ ਦੀ ਪਾਣੀ ਵਾਲੀਆਂ ਟੈਂਕੀਆਂ। ਤਾਂ ਕਿੰਨਾ ਸਮਾਂ ਲੱਗਿਆ ਸੀ ਇਹਨੂੰ ਤਿਆਰ ਕਰਨ 'ਤੇ? ਇਹਨਾਂ ਤਾਂ ਜੀ 6 ਮਹੀਨੇ ਲੱਗ ਗਏ ਸੀਗੇ, ਜਿਵੇਂ ਜਿਵੇਂ ਮਟੀਰੀਅਲ ਆਇਆ, ਸਾਰਾ ਇਹ ਐਡਮਨ ਤੋਂ ਆਇਆ ਹੋਇਆ ਮਟੀਰੀਅਲ ਹੈ, ਪ੍ਰਸ਼ਾਸਨ ਤੋਂ ਮਿਲਿਆ? ਪ੍ਰਸ਼ਾਸਨ ਤੋਂ 1998 'ਚ ਮਿਲ ਗਿਆ ਸੀ ਜੀ। ਅਸੀਂ ਤਾਂ ਪਹਿਲਾਂ ਤਾਂ 5-6 ਮਹੀਨੇ ਲੱਗੇ, ਹੁਣ ਤਾਂ ਅਸੀਂ ਪੰਜ ਦਿਨਾਂ 'ਚ ਤਿਆਰ ਕਰ ਦਈਏ। ਹਾਂਜੀ, ਮਟੀਰੀਅਲ ਦੇ ਅਸੀਂ ਆ ਜਿਹੜਾ ਜੀ ਇਹਦੇ 'ਚ ਖੂਬੀ ਇੱਕ ਸਾਨੂੰ ਅਸੀਂ ਦੱਸੀਏ, ਆ ਜਿਹੜੇ ਵੀਲ ਦੇਖ ਰਹੇ ਹੋ ਜੀ, ਬਿਲਕੁਲ ਵੀਲ, ਇਹ ਕਟਿੰਗ ਨਹੀਂ ਹੈ ਜੀ, ਇਹ ਪਾਣੀ ਦੀ ਟੈਂਕੀਆਂ ਨੂੰ ਮੂੰਹ ਲਾਉਂਦੇ ਆ, ਜਿਹੜੀ ਸਫਾਈ ਕਰ ਲਈ ਉਹਦੀ ਅੰਦਰ ਦੀ। ਅੱਛਾ, ਤੇ ਅਸੀਂ ਉਦਾਂ ਉਦਾਂ ਰੱਖ, ਯਾਨੀ ਕਹਿ ਦਈਏ ਵੀ ਪੁਰਾਣੇ ਸਮੇਂ ਦੇ ਵਿੱਚ ਜੋ ਹਾਊਸਿੰਗ ਬੋਰਡ ਜਾਂ ਬਿਲਡਿੰਗਾਂ ਦੇ ਉੱਪਰ ਟੈਂਕੀਆਂ ਹੁੰਦੀਆਂ ਸੀ, ਉਹ ਟੈਂਕੀਆਂ? ਹਾਂਜੀ ਹਾਂਜੀ, ਹਾਊਸਿੰਗ ਬੋਰਡ ਨੇ ਤਾਂ ਨਹੀਂ ਕਰੀਆਂ,
ਇਹ ਪਹਿਲਾਂ ਚੱਲਦੀਆਂ ਸੀ ਰੇਲਵੇ ਸਟੇਸ਼ਨ ਹੋ ਗਏ, ਜਿਵੇਂ ਪੁਰਾਣੇ ਕਾਲਜ ਹੈ, ਸਕੂਲ ਹੈ ਪੁਰਾਣੇ ਜ਼ਮਾਨੇ ਦੇ, ਅਤੇ ਅੱਸੀ ਤੋਂ ਪਹਿਲਾਂ ਦੇ ਹਾਂਜੀ, ਉਹਨਾਂ ਉੱਪਰ ਲੱਗਦੀਆਂ ਸੀ ਜੀ, ਬਿਲਕੁਲ 60-70 ਸਾਲ ਦੀ ਉਸ ਟਾਈਮ ਲੋਹੇ ਦੀਆਂ ਸੀ। ਇਹ ਵੱਡੇ ਟੈਂਕ ਸੀਗੇ ਜੀ, 2000 ਲੀਟਰ ਦੇ। ਅਸੀਂ ਅੱਜ ਸਾਥੀ ਨੂੰ ਤਸਵੀਰ ਇੱਕ ਵਾਰੀ ਦਿਖਾਉਣ ਦੀ ਕੋਸ਼ਿਸ਼ ਕਰੀ ਕਿ ਅੰਦਰ ਦੀ ਵੀ, ਇੱਧਰੋਂ ਕੋਲਾ ਲੈ ਕੇ ਇੱਧਰ ਪਾਉਣ ਵਾਸਤੇ, ਇੱਧਰ ਕੋਲਾ ਲੈ ਕੇ ਵੱਡੇ ਟੈਂਕ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਜਦੋਂ ਕੋਲੇ ਇੰਜਣ ਚੱਲਦੇ ਹੁੰਦੇ ਸੀ ਤਾਂ ਰੇਲਵੇ ਸਟੇਸ਼ਨਾਂ ਦੇ ਉੱਪਰ ਵੱਡੇ ਵੱਡੇ ਪਾਣੀ ਦੇ ਟੈਂਕ ਲੱਗੇ ਹੁੰਦੇ ਸੀ, ਚੌਰਸ ਬਾਕਸ ਦੇ ਵੱਡਿਆਂ ਦੇ ਤਰ੍ਹਾਂ ਦੇ ਕਹਿ ਦਈਏ ਕਿ 1000 ਲੀਟਰ ਪਾਣੀ ਉਹ 'ਚ ਖੜ ਸਕੇ, ਤਾਂ ਜੋ ਇੰਜਣ ਦੂਰੋਂ ਸਫ਼ਰ ਕਿਤੋਂ ਕਰਕੇ ਆਉਂਦਾ ਤਾਂ ਉਹਨੂੰ ਕੋਲੇ ਦੀ ਅਤੇ ਪਾਣੀ ਦੀ ਕਮੀ ਨਾ ਹੋਵੇ। ਨਾਲ ਹੀ ਤਾਂ ਬਾਖੂਬੀ ਉਸ ਹਿਸਾਬ ਨਾਲ ਤਿਆਰ ਕੀਤਾ ਗਿਆ ਕਿ ਦੇਖਣ ਨੂੰ ਲੱਗਦਾ ਹੈ ਕਿ ਕਿਸੇ ਪੁਰਾਣੇ ਇੰਜਨ ਦਾ ਕੋਈ ਸਾਂਚਾ ਲਿਆ ਕੇ ਇੱਥੇ ਫਿੱਟ ਕੀਤਾ ਹੋਵੇ, ਲੇਕਿਨ ਬਹੁਤ ਹੀ ਸੋਹਣੀ ਚੀਜ਼ ਇਹ ਤਿਆਰ ਕੀਤੀ ਹੋਈ ਹੈ। ਅਤੇ ਦੂਸਰੇ ਪਾਸੇ ਵੀ ਕੰਬੋਰਡ ਹੈ, ਜੋ ਕੋਈ ਹਾਥੀ ਨੂੰ ਮੈਂ ਜੇ ਕਹਿ ਦਈਏ ਨਾ ਵੀ ਉਹਨਾਂ ਦੀ ਸ਼ਕਲ ਜਾਂ ਉਹਨਾਂ ਦੀ ਸੂਰਤ ਦੀ ਤਿਆਰ ਕੀਤੀ ਹੋਈ ਹੈ, ਅਤੇ ਕਟਿੰਗ ਵੀ ਉਹਨਾਂ ਚੀਜ਼ਾਂ ਦੀ ਕੀਤੀ ਹੋਈ ਹੈ, ਵੇਸਟੇਜ ਸਮਾਨ ਤੋਂ ਇਹ ਸਾਰਾ ਕੁਛ ਤਿਆਰ ਕੀਤਾ ਜਾ ਰਿਹਾ। ਤਾਂ ਸਾਹਮਣੇ ਤੁਹਾਨੂੰ ਇੱਕ ਵਾਰੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ, ਬੇਸ਼ੱਕ ਇਸ ਜਗ੍ਹਾ ਦੇ ਨੇੜੇ ਮੋਰ ਬਹੁਤ ਨੇ, ਮੋਰਾਂ ਦੀਆਂ ਆਵਾਜ਼ਾਂ ਵੀ ਬਹੁਤ ਸੋਹਣੀਆਂ ਆ ਰਹੀਆਂ। ਤਾਂ ਸਾਹਮਣੇ ਪਲਾਸਟਿਕ ਵਾਲੀਆਂ ਟੈਂਕੀਆਂ ਦੇ ਡਰੰਮ ਸ਼ੀਟ ਤਿਆਰ ਕੀਤੀ ਹੈ, ਆਰਕੈਸਟਰਾ ਜੇ ਜਿਸ ਤਰ੍ਹਾਂ ਕਿ ਆਪਾਂ ਡਰੰਮਸ ਕਿਸੇ ਸਾਊਂਡ ਸਿਸਟਮ ਜਾਂ ਕਿਸੇ ਪ੍ਰੋਗਰਾਮ ਦੇ ਉੱਤੇ ਵੇਖਦੇ ਹੁੰਦੇ ਸੀ ਤਾਂ ਇੱਕ ਡਰੰਮਰ ਹੁੰਦਾ ਕਿ ਉਹ ਆਪਣੇ ਲਈ ਡਰੰਮ ਸਾਊਂਡ ਦੇ ਵਿੱਚ ਤਿਆਰ ਕਰਦਾ, ਅਤੇ ਨਾਲ ਹੀ ਬਿਲਕੁਲ ਤਾਂ ਪੁਤਲਾ ਵੀ ਇੱਕ ਤਿਆਰ ਹੋਇਆ ਹੋਇਆ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਕਿ ਪਲਾਸਟਿਕ ਦੀ ਪਾਈਪ ਤੋਂ ਤਿਆਰ ਹੈ ਇਹ। ਨਾਲ ਹੀ ਪਲਾਸਟਿਕ ਦੀ ਜੋ ਟੈਂਕੀ ਹੈ, ਟੈਂਕੀ ਨੂੰ ਕਟਿੰਗ ਕਰਕੇ ਉਸਦਾ ਕਹਿ ਦਈਏ ਵੀ ਸੂਟ ਤਿਆਰ ਕੀਤਾ ਗਿਆ ਜਾਂ ਉਸਦੇ ਵਿੱਚ ਉਸਨੂੰ ਤਿਆਰ ਕੀਤਾ ਗਿਆ, ਢੋਲ ਉਸਦੇ ਗਲ 'ਚ ਬਣਾ ਕੇ ਪਾਇਆ ਗਿਆ। ਤਾਂ ਟੈਂਕੀਆਂ ਹੋਰ ਵੀ ਨੇ, ਤਾਂ ਪੁਤਲੇ ਜਿਸ ਤਰ੍ਹਾਂ ਕਿ ਪਾਈਪ ਵਾਲੀਆਂ ਪਾਣੀ ਵਾਲੀਆਂ ਪਾਈਪਾਂ ਜੋ ਘਰਾਂ ਦੇ ਵਿੱਚ ਇਸਤੇਮਾਲ ਹੁੰਦੀਆਂ ਨੇ ਉਹਨਾਂ ਦੇ ਉੱਤੇ ਇਹ ਪੁਤਲਾ ਤਿਆਰ ਹੈ। ਅਤੇ ਨਾਲ ਦੂਜੇ ਪਾਸੇ ਵੀ ਤੁਹਾਨੂੰ ਤਸਵੀਰਾਂ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਜੋ ਜਗ੍ਹਾ ਦੇ ਉੱਪਰ ਇਹਨਾਂ ਵਿੱਚੋਂ ਲੋਕ ਇਸ ਜਗ੍ਹਾ ਨੂੰ ਵੇਖਣ ਆਉਂਦੇ ਆ, ਵੱਖੋ ਵੱਖਰੇ ਆਪਣਾ ਟਾਈਮ ਪਾਸ ਜੇ ਕਹਿ ਦਈਏ ਵੀ ਸਮਾਂ ਕੱਢ ਕੇ ਇਹਨਾਂ ਚੀਜ਼ਾਂ ਨੂੰ ਵੇਖਦੇ ਜਿਵੇਂ ਵੀ ਆ ਫਿਰ ਵੀ ਬਿਲਕੁਲ ਢੋਲ ਬਣਾਏ ਹੋਏ ਆ, ਡਰੰਮ ਬਣਾਏ ਹੋਏ ਆ, ਬੇਸ਼ੱਕ ਇਹ ਚੀਜ਼ਾਂ ਉਸ ਤਰ੍ਹਾਂ ਦੀਆਂ ਕਿ ਇਹਨਾਂ ਨੂੰ ਡਰੰਮ ਦਾ ਰੂਪ ਦਿੱਤਾ ਗਿਆ ਇਹਨਾਂ ਦੀ ਬੈਕ ਤੋਂ, ਜੇ ਕੋਈ ਡਰੰਮਰ ਡਰੰਮ ਵਜਾਉਂਦਾ ਹੁੰਦਾ ਸਾਊਂਡ ਸਿਸਟਮ ਦੇ ਕਿਸੇ ਸਮਾਗਮਾਂ ਦੇ ਵਿੱਚ। ਅਤੇ ਦੂਸਰੇ ਪਾਸੇ ਜੋ ਪਾਣੀ ਵਾਲੀ ਟੈਂਕੀ ਹੈ ਉਹਨੂੰ ਕੱਟ ਕੇ ਇੱਕ ਕਿਸ਼ਤੀ ਦਾ ਰੂਪ ਵੀ ਦਿੱਤਾ ਗਿਆ, ਅਤੇ ਨਾਲ ਦੇਖ ਸਕਦੇ ਹੋ ਕਿ ਦੇਖਣ ਨੂੰ ਇੱਦਾਂ ਹੀ ਲੱਗਦੀ ਹੈ ਕਿ ਸਟੀਲ ਦੀ ਚਾਦਰ ਹੋਵੇ, ਲੇਕਿਨ ਇਹ ਪਲਾਸਟਿਕ ਦੀ ਜੋ ਹੈ ਟੈਂਕੀ ਤਿਆਰ ਕਹਿ ਸਕਦੇ ਕਿਸ਼ਤੀ ਤਿਆਰ ਕੀਤੀ ਗਈ ਹੈ। ਵਿਜੇਪਾਲ ਜੀ, ਸਮਾਂ ਤਾਂ ਅਕਸਰ ਬਹੁਤ ਲੱਗਦਾ, ਹਾਂਜੀ, ਮੈਨੇਜ ਕਿਵੇਂ ਕਰਦੇ ਹੋ? ਬਸ ਜੀ ਆਦਤ ਬਣ ਜਾਂਦੀ ਹੈ ਜੀ, ਆਦਤ ਹੋ ਗਈ ਹੁਣ ਜਿਹੜੀ ਮੈਨੇਜਮੈਂਟ ਹੈ ਉਹ ਥੋੜ੍ਹੀ ਘੱਟ ਗਈ ਜੀ। ਹਾਂਜੀ, ਕਰੋਨਾ ਤੋਂ ਬਾਅਦ ਨਾ ਇੱਕ ਤਾਂ ਗਰਮੀ ਬਹੁਤ ਪੈਣ ਲੱਗ ਗਈ ਜੀ, ਲੋਕ ਇੱਥੇ ਬਹੁਤ ਆਉਂਦੇ ਸੀ ਪਹਿਲਾਂ, ਬਹੁਤ ਜ਼ਿਆਦਾ ਆਉਂਦੇ ਸੀ ਪਹਿਲਾਂ ਤਾਂ ਜੀ ਪਬਲਿਕ ਟੂਰਿਸਟ, ਹੁਣ ਬਸ ਇੱਕੋ ਰਸਤਾ ਬੰਦ ਹੋ ਗਿਆ ਵਿੱਚ, ਅਤੇ ਹੁਣ ਫਿਰ ਗਰਮੀ 'ਚ ਉਹਦੀ ਥੋੜ੍ਹੀ ਸਹੂਲਤ ਹੈ ਨਹੀਂ ਇੰਨੀ, ਬਿਲਕੁਲ। ਹਾਂਜੀ, ਇੱਕ ਛੋਟਾ ਬੱਚੇ ਵਾਲਾ ਝੂਲਾ ਹੈ, ਤੁਹਾਨੂੰ ਉਹ ਵੀ ਦਿਖਾਉਣ ਦੀ, ਕੈਮਰਾ ਪਰਸਨ ਨੂੰ ਕਹੂੰਗਾ ਦਿਖਾਉਣ ਦੀ ਕੋਸ਼ਿਸ਼ ਕਰੇ ਵੀ ਪਾਣੀ ਵਾਲੀ ਪਾਈਪਾਂ ਜਿਹੜੀਆਂ ਘਰਾਂ ਦੇ ਵਿੱਚ ਪਹਿਲਾਂ ਲੋਹੇ ਦੀਆਂ ਪਾਈਪਾਂ, ਦੇਗੀ ਦੀਆਂ ਪਾਈਪਾਂ ਯੂਜ਼ ਹੁੰਦੀਆਂ ਸੀ, ਉਸ ਤੋਂ ਇੱਕ ਉਸਦੇ ਨਾਲ ਇਸ ਤਰ੍ਹਾਂ ਦਾ ਸ਼ੇਪ ਦੇ ਕੇ ਕਿ ਛੋਟੇ ਬੱਚੇ ਦੇ ਬੈਠਣ ਵਾਸਤੇ ਝੂਲਾ ਤਿਆਰ ਕੀਤਾ ਗਿਆ। ਅਤੇ ਨਾਲ ਹੀ ਦੂਸਰੇ ਪਾਸੇ ਸਵੱਛ ਭਾਰਤ ਦੀਆਂ ਜੋ ਹੈ ਜੋ
ਤਸਵੀਰ ਤੋਂ ਉਹਨੇ ਲਿਖਿਆ ਹੋਇਆ ਸਾਹਮਣੇ ਚਸ਼ਮੇ ਬਣਾਏ ਹੋਏ ਨੇ, ਇਹ ਸੀਟਾਂ ਇਹ ਢੱਕਣ ਉਹੀ ਨੇ ਜੋ ਫਲੱਸ਼ 'ਤੇ ਯੂਜ਼ ਹੁੰਦੇ ਨੇ, ਬਟ ਉਹਨਾਂ ਨੂੰ ਵੇਸਟੇਜ ਤੋਂ ਯੂਜ਼ ਕਰਕੇ ਚਸ਼ਮੇ ਬਣਾ ਕੇ, ਅਤੇ ਨਾਲ ਤਿੱਤਲੀ ਵੀ ਬਣਾਈਆਂ ਗਈਆਂ, ਮੱਕੜੀ ਵੀ ਬਣਾਈ ਗਈ ਆ। ਤਾਂ ਖੂਬੀ ਹੈ ਇਸ ਕਲਾ ਕੇਂਦਰ ਦੇ ਵਿੱਚ ਬਹੁਤ ਸੋਹਣੀਆਂ ਚੀਜ਼ਾਂ ਪਈਆਂ ਨੇ, ਤਾਂ ਲੋੜ ਹੈ ਸਾਨੂੰ ਵੀ ਇਹਨਾਂ ਨੂੰ ਪ੍ਰਮੋਟ ਕਰਨ ਦੀ। ਕੈਮਰਾ ਪਰਸਨ ਰਜਤ ਕੁਮਾਰ ਦੇ ਨਾਲ ਅਸ਼ਫਾਕ ਟੁੱਡੀ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।